ਜਿਹੜੀਆਂ ਨਵੀਆਂ ਗਾਈਡਲਾਈਨਸ ਪੰਜਾਬ ਸਰਕਾਰ ਦੀਆਂ ਆਈਆਂ ਹੈਗੀਆਂ, ਉਹਦੇ ਮੁਤਾਬਕ ਜਿੰਨੀ ਵੀ ਦਵਾਈ ਹੈਗੀ ਹੈ ਪੇਸ਼ੈਂਟਸ ਨੂੰ, ਜਿਹੜੀ ਹੈ ਸਾਰੀ ਦੀ ਸਾਰੀ ਹੋਸਪਿਟਲ ਤੋਂ ਹੀ ਮਿਲੇਗੀ। ਸਾਡੇ ਸਿਵਲ ਹੋਸਪਿਟਲ ਦੇ ਸਟਾਕ ਵਿੱਚ ਇਸ ਵੇਲੇ ਕਾਫੀ ਸਾਰੀ ਦਵਾਈਆਂ ਜਿਹੜੀਆਂ ਅਵੇਲੇਬਲ ਹੈਗੀਆਂ। ਜਿੰਨੇ ਵੀ ਪੇਸ਼ੈਂਟ ਆ ਰਹੇ ਹੈਗੇ, ਸਭ ਨੂੰ, ਸਾਰੇ ਮਰੀਜ਼ਾਂ ਨੂੰ ਅੰਦਰੋਂ ਦਵਾਈ ਦਿੱਤੀ ਜਾ ਰਹੀ ਹੈਗੀ ਹੈ, ਅਤੇ ਸਾਡੇ ਕੋਲ ਦਵਾਈਆਂ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ। ਇਸ ਵੇਲੇ ਅਸੀਂ ਕਿਸੇ ਵੀ ਕਿਸਮ ਦੀ ਬਿਮਾਰੀ ਵਾਸਤੇ ਬਾਹਰੋਂ ਮੈਡੀਸਿਨਸ ਨਹੀਂ ਮੰਗਵਾ ਰਹੇ ਹੈਗੇ ਹਾਂ। ਇਹ ਸਾਰੀ ਜਿੰਨੀ ਵੀ ਮੈਡੀਸਿਨ ਹੈਗੀ ਹੈ ਅਸੀਂ ਆਪਣੇ ਵੱਲੋਂ ਹੀ ਦੇ ਰਹੇ ਹੈਗੇ ਪੇਸ਼ੈਂਟ ਨੂੰ। ਇਸ ਤੋਂ ਇਲਾਵਾ ਜਿਹੜੇ ਰੋਡ ਸਾਈਡ ਐਕਸੀਡੈਂਟ ਦੇ ਜਿਹੜੇ ਪੇਸ਼ੈਂਟਸ ਹੈਗੇ, ਉਹਨਾਂ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਅਤੇ ਟ੍ਰੀਟਮੈਂਟ ਫ੍ਰੀ ਹੈਗੇ ਆ। ਜੱਚਾ ਬੱਚਾ ਜਿਹੜਾ ਹੈਗੀ, ਸੇਵਾਵਾਂ ਜਿਹੜੀਆਂ ਹੈਗੀਆਂ ਬਿਲਕੁਲ ਹੀ ਪਹਿਲੇ ਤੋਂ ਹੀ ਫ੍ਰੀ ਚੱਲ ਰਹੀਆਂ ਹੈਗੀਆਂ। ਅਤੇ ਇਸ ਤੋਂ ਇਲਾਵਾ ਜੇ ਕੋਈ ਪੂਅਰ ਪੇਸ਼ੈਂਟ ਆ ਜਾਂਦਾ ਹੈ, ਗਰੀਬ ਪੇਸ਼ੈਂਟ ਆ ਜਾਂਦਾ ਹੈਗਾ, ਅਤੇ ਉਹਦੀ ਪੂਰੀ ਦੀ ਪੂਰੀ ਮਦਦ ਜਿਹੜੀ ਹੈਗੀ ਹੈ ਸਿਵਲ ਹੋਸਪਿਟਲ ਵਿੱਚੋਂ ਕੀਤੀ ਜਾਂਦੀ ਹੈ। ਜਿਹੜੀਆਂ ਨਵੀਆਂ ਗਾਈਡਲਾਈਨਸ ਪੰਜਾਬ ਸਰਕਾਰ ਦੀਆਂ ਆਈਆਂ ਹੈਗੀਆਂ, ਉਹਦੇ ਮੁਤਾਬਕ ਜਿੰਨੀ ਵੀ ਦਵਾਈ ਹੈਗੀ ਹੈ ਪੇਸ਼ੈਂਟਸ ਨੂੰ, ਜਿਹੜੀ ਹੈ ਸਾਰੀ ਦੀ ਸਾਰੀ ਹੋਸਪਿਟਲ ਤੋਂ ਹੀ ਮਿਲੇਗੀ। ਸਾਡੇ ਸਿਵਲ ਹੋਸਪਿਟਲ ਦੇ ਸਟਾਕ ਵਿੱਚ ਇਸ ਵੇਲੇ ਕਾਫੀ ਸਾਰੀ ਦਵਾਈਆਂ ਜਿਹੜੀਆਂ ਅਵੇਲੇਬਲ ਹੈਗੀਆਂ। ਜਿੰਨੇ ਵੀ ਪੇਸ਼ੈਂਟ ਆ ਰਹੇ ਹੈਗੇ, ਸਭ ਨੂੰ, ਸਾਰੇ ਮਰੀਜ਼ਾਂ ਨੂੰ ਅੰਦਰੋਂ ਦਵਾਈ ਦਿੱਤੀ ਜਾ ਰਹੀ ਹੈਗੀ ਹੈ, ਅਤੇ ਸਾਡੇ ਕੋਲ ਦਵਾਈਆਂ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ। ਇਸ ਵੇਲੇ ਅਸੀਂ ਕਿਸੇ ਵੀ ਕਿਸਮ ਦੀ ਬਿਮਾਰੀ ਵਾਸਤੇ ਬਾਹਰੋਂ ਮੈਡੀਸਿਨਸ ਨਹੀਂ ਮੰਗਵਾ ਰਹੇ ਹੈਗੇ ਹਾਂ। ਇਹ ਸਾਰੀ ਜਿੰਨੀ ਵੀ ਮੈਡੀਸਿਨ ਹੈਗੀ ਹੈ ਅਸੀਂ ਆਪਣੇ ਵੱਲੋਂ ਹੀ ਦੇ ਰਹੇ ਹੈਗੇ ਪੇਸ਼ੈਂਟ ਨੂੰ। ਇਸ ਤੋਂ ਇਲਾਵਾ ਜਿਹੜੇ ਰੋਡ ਸਾਈਡ ਐਕਸੀਡੈਂਟ ਦੇ ਜਿਹੜੇ ਪੇਸ਼ੈਂਟਸ ਹੈਗੇ, ਉਹਨਾਂ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਅਤੇ ਟ੍ਰੀਟਮੈਂਟ ਫ੍ਰੀ ਹੈਗੇ ਆ। ਜੱਚਾ ਬੱਚਾ ਜਿਹੜਾ ਹੈਗੀ, ਸੇਵਾਵਾਂ ਜਿਹੜੀਆਂ ਹੈਗੀਆਂ ਬਿਲਕੁਲ ਹੀ ਪਹਿਲੇ ਤੋਂ ਹੀ ਫ੍ਰੀ ਚੱਲ ਰਹੀਆਂ ਹੈਗੀਆਂ। ਅਤੇ ਇਸ ਤੋਂ ਇਲਾਵਾ ਜੇ ਕੋਈ ਪੂਅਰ ਪੇਸ਼ੈਂਟ ਆ ਜਾਂਦਾ ਹੈ, ਗਰੀਬ ਪੇਸ਼ੈਂਟ ਆ ਜਾਂਦਾ ਹੈਗਾ, ਅਤੇ ਉਹਦੀ ਪੂਰੀ ਦੀ ਪੂਰੀ ਮਦਦ ਜਿਹੜੀ ਹੈਗੀ ਹੈ ਸਿਵਲ ਹੋਸਪਿਟਲ ਵਿੱਚੋਂ ਕੀਤੀ ਜਾਂਦੀ ਹੈ। ਜਿਹੜੀਆਂ ਨਵੀਆਂ ਗਾਈਡਲਾਈਨਸ ਪੰਜਾਬ ਸਰਕਾਰ ਦੀਆਂ ਆਈਆਂ ਹੈਗੀਆਂ, ਉਹਦੇ ਮੁਤਾਬਕ ਜਿੰਨੀ ਵੀ ਦਵਾਈ ਹੈਗੀ ਹੈ ਪੇਸ਼ੈਂਟਸ ਨੂੰ, ਜਿਹੜੀ ਹੈ ਸਾਰੀ ਦੀ ਸਾਰੀ ਹੋਸਪਿਟਲ ਤੋਂ ਹੀ ਮਿਲੇਗੀ। ਸਾਡੇ ਸਿਵਲ ਹੋਸਪਿਟਲ ਦੇ ਸਟਾਕ ਵਿੱਚ ਇਸ ਵੇਲੇ ਕਾਫੀ ਸਾਰੀ ਦਵਾਈਆਂ ਜਿਹੜੀਆਂ ਅਵੇਲੇਬਲ ਹੈਗੀਆਂ। ਜਿੰਨੇ ਵੀ ਪੇਸ਼ੈਂਟ ਆ ਰਹੇ ਹੈਗੇ, ਸਭ ਨੂੰ, ਸਾਰੇ ਮਰੀਜ਼ਾਂ ਨੂੰ ਅੰਦਰੋਂ ਦਵਾਈ ਦਿੱਤੀ ਜਾ ਰਹੀ ਹੈਗੀ ਹੈ, ਅਤੇ ਸਾਡੇ ਕੋਲ ਦਵਾਈਆਂ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ। ਇਸ ਵੇਲੇ ਅਸੀਂ ਕਿਸੇ ਵੀ ਕਿਸਮ ਦੀ ਬਿਮਾਰੀ ਵਾਸਤੇ ਬਾਹਰੋਂ ਮੈਡੀਸਿਨਸ ਨਹੀਂ ਮੰਗਵਾ ਰਹੇ ਹੈਗੇ ਹਾਂ। ਇਹ ਸਾਰੀ ਜਿੰਨੀ ਵੀ ਮੈਡੀਸਿਨ ਹੈਗੀ ਹੈ ਅਸੀਂ ਆਪਣੇ ਵੱਲੋਂ ਹੀ ਦੇ ਰਹੇ ਹੈਗੇ ਪੇਸ਼ੈਂਟ ਨੂੰ। ਇਸ ਤੋਂ ਇਲਾਵਾ ਜਿਹੜੇ ਰੋਡ ਸਾਈਡ ਐਕਸੀਡੈਂਟ ਦੇ ਜਿਹੜੇ ਪੇਸ਼ੈਂਟਸ ਹੈਗੇ, ਉਹਨਾਂ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਅਤੇ ਟ੍ਰੀਟਮੈਂਟ ਫ੍ਰੀ ਹੈਗੇ ਆ। ਜੱਚਾ ਬੱਚਾ ਜਿਹੜਾ ਹੈਗੀ, ਸੇਵਾਵਾਂ ਜਿਹੜੀਆਂ ਹੈਗੀਆਂ ਬਿਲਕੁਲ ਹੀ ਪਹਿਲੇ ਤੋਂ ਹੀ ਫ੍ਰੀ ਚੱਲ ਰਹੀਆਂ ਹੈਗੀਆਂ। ਅਤੇ ਇਸ ਤੋਂ ਇਲਾਵਾ ਜੇ ਕੋਈ ਪੂਅਰ ਪੇਸ਼ੈਂਟ ਆ ਜਾਂਦਾ ਹੈ, ਗਰੀਬ ਪੇਸ਼ੈਂਟ ਆ ਜਾਂਦਾ ਹੈਗਾ, ਅਤੇ ਉਹਦੀ ਪੂਰੀ ਦੀ ਪੂਰੀ ਮਦਦ ਜਿਹੜੀ ਹੈਗੀ ਹੈ ਸਿਵਲ ਹੋਸਪਿਟਲ ਵਿੱਚੋਂ ਕੀਤੀ ਜਾਂਦੀ ਹੈ। ਜਿਹੜੀਆਂ ਨਵੀਆਂ ਗਾਈਡਲਾਈਨਸ ਪੰਜਾਬ ਸਰਕਾਰ ਦੀਆਂ ਆਈਆਂ ਹੈਗੀਆਂ, ਉਹਦੇ ਮੁਤਾਬਕ ਜਿੰਨੀ ਵੀ ਦਵਾਈ ਹੈਗੀ ਹੈ ਪੇਸ਼ੈਂਟਸ ਨੂੰ, ਜਿਹੜੀ ਹੈ ਸਾਰੀ ਦੀ ਸਾਰੀ ਹੋਸਪਿਟਲ ਤੋਂ ਹੀ ਮਿਲੇਗੀ। ਸਾਡੇ ਸਿਵਲ ਹੋਸਪਿਟਲ ਦੇ ਸਟਾਕ ਵਿੱਚ ਇਸ ਵੇਲੇ ਕਾਫੀ ਸਾਰੀ ਦਵਾਈਆਂ ਜਿਹੜੀਆਂ ਅਵੇਲੇਬਲ ਹੈਗੀਆਂ। ਜਿੰਨੇ ਵੀ ਪੇਸ਼ੈਂਟ ਆ ਰਹੇ ਹੈਗੇ, ਸਭ ਨੂੰ, ਸਾਰੇ ਮਰੀਜ਼ਾਂ ਨੂੰ ਅੰਦਰੋਂ ਦਵਾਈ ਦਿੱਤੀ ਜਾ ਰਹੀ ਹੈਗੀ ਹੈ, ਅਤੇ ਸਾਡੇ ਕੋਲ ਦਵਾਈਆਂ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ। ਇਸ ਵੇਲੇ ਅਸੀਂ ਕਿਸੇ ਵੀ ਕਿਸਮ ਦੀ ਬਿਮਾਰੀ ਵਾਸਤੇ ਬਾਹਰੋਂ ਮੈਡੀਸਿਨਸ ਨਹੀਂ ਮੰਗਵਾ ਰਹੇ ਹੈਗੇ ਹਾਂ। ਇਹ ਸਾਰੀ ਜਿੰਨੀ ਵੀ ਮੈਡੀਸਿਨ ਹੈਗੀ ਹੈ ਅਸੀਂ ਆਪਣੇ ਵੱਲੋਂ ਹੀ ਦੇ ਰਹੇ ਹੈਗੇ ਪੇਸ਼ੈਂਟ ਨੂੰ। ਇਸ ਤੋਂ ਇਲਾਵਾ ਜਿਹੜੇ ਰੋਡ ਸਾਈਡ ਐਕਸੀਡੈਂਟ ਦੇ ਜਿਹੜੇ ਪੇਸ਼ੈਂਟਸ ਹੈਗੇ, ਉਹਨਾਂ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਅਤੇ ਟ੍ਰੀਟਮੈਂਟ ਫ੍ਰੀ ਹੈਗੇ ਆ। ਜੱਚਾ ਬੱਚਾ ਜਿਹੜਾ ਹੈਗੀ, ਸੇਵਾਵਾਂ ਜਿਹੜੀਆਂ ਹੈਗੀਆਂ ਬਿਲਕੁਲ ਹੀ ਪਹਿਲੇ ਤੋਂ ਹੀ ਫ੍ਰੀ ਚੱਲ ਰਹੀਆਂ ਹੈਗੀਆਂ। ਅਤੇ ਇਸ ਤੋਂ ਇਲਾਵਾ ਜੇ ਕੋਈ ਪੂਅਰ ਪੇਸ਼ੈਂਟ ਆ ਜਾਂਦਾ ਹੈ, ਗਰੀਬ ਪੇਸ਼ੈਂਟ ਆ ਜਾਂਦਾ ਹੈਗਾ, ਅਤੇ ਉਹਦੀ ਪੂਰੀ ਦੀ ਪੂਰੀ ਮਦਦ ਜਿਹੜੀ ਹੈਗੀ ਹੈ ਸਿਵਲ ਹੋਸਪਿਟਲ ਵਿੱਚੋਂ ਕੀਤੀ ਜਾਂਦੀ ਹੈ।